पिंड दे एक घर च आ रो कुरला रही ये औरत ते दूजे पासे पिंड वासियां अते पुलिस की मौजूदगी च गोहे नाल भरी रेहड़ी नू फरोल रहा ये नौजवान। इस रेहड़ी च भरे गोहे चों हुण जो कुछ निकलण वाला है उस नू वेखण लई वड्डा जिगरा चाहीदा है। ये उही दरिंदा नौजवान है जिसने लिव इन रिलेशनशिप च रहण तों बाद जवान कुड़ी नाल दूजा विआह करवाया सी। कुछ देर बाद घर च खड़ी इस गोहे नाल भरी रेहड़ी चों जो कुछ निकलता है वेख के पिंड वालियां दे नाल नाल पुलिस भी हैरान रह जाती है। उन्हां अजिहा खौफनाक सीन पहला कदे नहीं सी वेख्या। मामला है जिला अमृतसर दे थाना मैता दे अधीन पिंड जलाल दा जिथे ये खतरनाक कारा होया। मामला इस तरह पिंड डेरीवाल दी रहण वाली 27 साला मनदीप कौर तीन भैणां चों सब तो छोटी सी। दो वड्डियां भैणां दा विआह हो चुका सी। माँ बाप मजदूरी कर जिंदगी बसर कर रहे ने। साल को पहला मनदीप कौर पिंड जलाल दे रहण वाले कैप्टन दे संपर्क च आ गई। कैप्टन सिंह व्याया वरिया ते दो धियां दा बाप है जिसकी घरवाली अक्सर बीमार रहिंदी सी। कैप्टन ते मनदीप लिव इन रिलेशनशिप च रहण लग पए। जानकारी मुताबक इस दौरान कैप्टन की घरवाली की मौत हो गई ते फिर कैप्टन अते मनदीप ने आपस च विआह करवा लिया। ਵਿਆਹ ਤੋਂ ਬਾਅਦ ਦੋਵਾਂ 'ਚ ਅਕਸਰ ਕਲੇਸ਼ ਰਹਿਣ ਲੱਗ ਪਿਆ। ਲੰਘੀ 13 ਤਰੀਕ ਨੂੰ ਮਨਦੀਪ ਦੀ ਮਾਤਾ ਜਸਪਾਲ ਕੌਰ ਮਨਦੀਪ ਨੂੰ ਮਿਲਣ ਲਈ ਪਿੰਡ ਜਲਾਲ ਜਾਂਦੀ ਹੈ। ਉੱਥੇ ਕੈਪਟਨ ਅਤੇ ਮਨਦੀਪ 'ਚ ਆਪਸੀ ਝਗੜਾ ਹੋ ਜਾਂਦਾ। ਸਮਝਾ ਬੁਝਾ ਕੇ ਸ਼ਾਮੀ ਜਸਪਾਲ ਕੌਰ ਵਾਪਸ ਆਪਣੇ ਪਿੰਡ ਆ ਜਾਂਦੀ ਹੈ। ਅਗਲੇ ਦਿਨ ਫਿਰ ਜਸਪਾਲ ਕੌਰ ਆਪਣੇ ਘਰ ਵਾਲੇ ਅਤੇ ਇੱਕ ਰਿਸ਼ਤੇਦਾਰ ਨਾਲ ਧੀ ਮਨਦੀਪ ਨੂੰ ਮਿਲਣ ਲਈ ਪਿੰਡ ਜਲਾਲ ਜਾਂਦੀ ਹੈ। ਉੱਥੇ ਉਸ ਨੂੰ ਮਨਦੀਪ ਨਹੀਂ ਮਿਲਦੀ ਜਿਸ ਕਰਕੇ ਉਸ ਨੂੰ ਸ਼ੱਕ ਹੁੰਦਾ ਅਤੇ ਪੁਲਿਸ ਨੂੰ ਸ਼ਿਕਾਇਤ ਕਰਦੀ ਹੈ। ਮੌਕੇ 'ਤੇ ਆ ਜਦ ਪੁਲਿਸ ਨੇ ਕੈਪਟਨ ਨੂੰ ਗ੍ਰਿਫਤਾਰ ਕਰ ਉਸ ਤੋਂ ਪੁੱਛਗਿੱਛ ਕੀਤੀ ਤਾਂ ਪੁਲਿਸ ਵੀ ਹੈਰਾਨ ਰਹਿ ਗਈ। ਕੈਪਟਨ ਨੇ ਮਨਦੀਪ ਕੌਰ ਦਾ ਕਤਲ ਕਰ ਅਤੇ ਉਸ ਦੀ ਲਾਸ਼ ਨੂੰ ਚਾਦਰ 'ਚ ਬੰਨ ਫਿਰ ਗੋਹੇ 'ਚ ਦੱਬ ਦਿੱਤਾ ਸੀ। ਸਾਲ ਤੋਂ ਬਾਅਦ ਇਹਨਾਂ ਦਾ ਤਲਾਕ ਹੋ ਗਿਆ ਤੇ ਸੁੱਟ ਸਡਾਈਆ ਹੋ ਗਿਆ ਤੇ ਫਿਰ ਮੈਨੂੰ ਨੀ ਪਤਾ ਕਦੋਂ ਟੱਕਰੇ ਕਦੋਂ ਨਹੀਂ ਇਹ ਕਦੋਂ ਆਉਂਦੀ ਤੇ ਆਉਂਦੀ ਨੂੰ ਇਹਨਾਂ 8-9 ਮਹੀਨੇ ਫਿਰ ਹੋ ਗਏ ਜੋ ਦੋਹਰੇ ਇਹਨਾਂ ਨੇ ਬਾਹਰ ਫਿਰ ਆਪਣੇ ਮਤਲਬ ਪਤਾ ਨੀ ਕੀ ਕੀ ਸਾਦੀ ਕਰਾਈ ਕਿੱਦਾਂ ਨਹੀਂ ਕਿੱਦਾਂ ਨਹੀਂ ਇਹ ਰਹਿੰਦੇ ਮੈਨੂੰ ਕਿਸੇ ਗੱਲ ਦਾ ਨੀ ਪਤਾ ਮੈਨੂੰ ਕਿ ਵਿਚਲੀ ਗੱਲ ਇਹਨਾਂ ਕੋਈ ਦੱਸ ਨਹੀਂ ਪਹਿਲਾਂ ਘਰ ਅਸੀਂ ਇੱਦਾਂ ਘਰੇਲੂ ਕੰਮ ਘਰ ਚ ਕਰਦੇ ਹਾਂ ਤਾਂ ਮੁੜ ਕੇ ਜੇ ਥੋੜਾ ਜਿਹਾ ਚਿਰ ਹੋ ਗਿਆ ਜਦੋਂ ਇਹਦੇ ਟੱਕਰੀ ਉਹਦਾ ਨਾਸ ਦੀ ਕੋਈ ਬੱਸਾਂ ਦੇ ਉੱਤੇ ਬੱਚੀਆਂ ਲੱਗਦੀਆਂ ਨੀ ਉਦੋਂ ਉੱਥੇ ਲੱਗੀ ਤੇ ਉੱਥੇ ਟੱਕਰ ਗਿਆ ਸੀ ਮੇਰੇ ਨਾਲ ਗੱਲ ਨੀ ਹੋਈ ਜੋ ਭਾਜੀ ਇਹ ਗਈ ਘਰ ਮੇਰੇ ਮੱਥੇ ਨੀ ਲੱਗੀ ਮੈਨੂੰ ਤਾਂ ਦਰਸ਼ਨ ਨਹੀਂ ਦਾ ਹੋਏ ਤੇ ਨਾ ਦੱਸਣਾ ਕਿੱਥੋਂ ਕਿ ਤਾਂ ਪਹਿਲਾਂ ਵਿਆਹ ਸੀ ਤੇ ਭਾਜੀ ਝੂਠ ਸੱਚ ਮਾਰਿਆ ਇਹਨਾਂ ਦੱਸਿਆ ਨੀ ਨਹੀਂ ਤੇ ਪਹਿਲੀ ਪਤਨੀ ਵੀ ਇਹਨਾਂ ਦੀ ਕਹਿੰਦੇ ਆ ਜਿਹੜੀ ਉਹਦੀ ਵੀ ਉਹ ਵੀ ਇੰਨਾ ਹੀ ਮਾਰੀ ਆ ਮੈਨੂੰ ਨੀ ਜੋ ਭਾਜੀ ਪਤਾ ਮੈਨੂੰ ਤਾਂ ਹੁਣ ਪਤਾ ਲੱਗਾ ਭਾਜੀ ਗਏ ਮੇਰੇ ਘਰ ਤੇ ਤੁਹਾਨੂੰ ਕੀ ਲੱਗਦਾ ਮੈਨੂੰ ਇਹ ਹੀ ਹੋਵੇ ਜਿੰਨਾ ਪਹਿਲੀ ਨੀ ਆਪਣੀ ਸਾਡੀ ਦੋ ਬੱਚੀਆਂ ਦੀ ਮਾਂ ਦੇ ਇਹਨਾਂ ਇਹਨੂੰ ਕਿੱਥੋਂ ਛੱਡਣਾ ਕੀ ਮੰਗ ਕਰਦੇ ਹੋ ਸਜ਼ਾ ਇਹਨੂੰ ਮੈਂ ਤਾਂ ਫਾਂਸੀ ਦੀ ਹੋਣੀ ਚਾਹੀਦੀ ਆ ਇਹੋ ਜਿਹਾ ਕਿਸੇ ਦੀ ਹੋਰ ਦੀ ਭੈਣ ਨੂੰ ਖਰਾਬ ਨਾ ਕਰੇ ਉਹ ਜਲਾਲ ਉਸਮਾਂ ਉਹਦੀ ਮਦਰ ਵੱਲੋਂ ਕੰਪਲੇਂਟ ਆਈ ਸੀ ਕਿ ਜਲਾਲ ਵਿਖੇ ਉਹਦੀ ਜਿਹੜੀ ਆ ਬੇਟੀ ਰਹਿ ਰਹੀ ਹੈ ਆਪਣੇ ਹਸਬੈਂਡ ਦੇ ਨਾਲ ਅਤੇ ਉਹ ਜਿਹੜੀ ਹੈ ਅਕਸਰ ਲੜਾਈ ਝਗੜਾ ਉਹਨਾਂ ਦਾ ਆਪਸ 'ਚ ਚੱਲਦਾ ਰਹਿੰਦਾ। ਉਹ ਲੜਾਈ ਝਗੜੇ ਕਰਕੇ ਕਈ ਵਾਰੀ ਉਹ ਜਿਹੜੀ ਉਹਨਾਂ ਦੀ ਬੇਟੀ ਆਪਣੇ ਕੋਲ ਆ ਜਾਂਦੀ ਸੀ ਕਿ ਫਿਰ ਉਹ ਸਮਝਾ ਵਜਾ ਕੇ ਚਲੀ ਜਾਂਦੀ ਸੀਗੀ। ਕੱਲ੍ਹ ਵੀ ਉਹਨਾਂ ਦਾ ਲੜਾਈ ਝਗੜਾ ਹੋ ਰਿਹਾ ਸੀ ਉਹ ਇੱਥੇ ਆਏ ਉਹਨਾਂ ਨੇ ਦੇਖਿਆ ਕਿ ਉਹਦਾ ਹਸਬੈਂਡ ਅਤੇ ਉਹਨਾਂ ਦੀ ਬੇਟੀ ਆਪਸ 'ਚ ਲੜਦੇ ਸੀਗੇ ਇਹਨਾਂ ਨੇ ਸਮਝਾ ਵਜਾ ਕੇ ਚਲੇ ਗਏ। ਰਾਤ ਨੂੰ ਸਵੇਰੇ ਫਿਰ ਉਹਨਾਂ ਦੀ ਮਾਤਾ ਆਈ ਹੈ ਇੱਥੇ ਪਿੰਡ 'ਚ ਪਿੰਡ 'ਚ ਉਹਨੇ ਆ ਕੇ ਦੇਖਿਆ ਅਤੇ ਉਹਨਾਂ ਨੇ ਆਪਣੇ ਜਵਾਈ ਕੋਲੋਂ ਪੁੱਛਿਆ ਵੀ ਸਾਡੀ ਬੇਟੀ ਮਨਦੀਪ ਕਿੱਥੇ ਆ ਅਤੇ ਉਹਨਾਂ ਦੇ ਮੁਤਾਬਕ ਜੋ ਉਹਨਾਂ ਨੇ ਬਿਆਨ ਲਿਖਾਇਆ ਪੁਲਿਸ ਨੂੰ ਉਹਦੇ ਮੁਤਾਬਕ ਉਹਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਅਤੇ ਆਨਾਕਾਨੀ ਕਰਦਾ ਰਿਹਾ ਅਤੇ ਅੱਕ ਬਚਾ ਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇਹਨਾਂ ਨੂੰ ਸ਼ੱਕ ਪਿਆ ਵੀ ਸਾਡੀ ਬੇਟੀ ਉੱਥੇ ਘਰ ਦੇ ਵਿੱਚ ਕਿਤੇ ਵੀ ਮਿਲੀ ਨਹੀਂ ਔਰ ਨਾ ਮਿਲਣ ਕਰਕੇ ਇਹਨਾਂ ਨੂੰ ਇਹਨਾਂ ਨੇ ਮੁਤਾਬਕ ਜੋ ਇਹਨਾਂ ਨੇ ਕੰਪਲੇਂਟ ਦਿੱਤੀ ਆ ਵੀ ਸਾਨੂੰ ਯਕੀਨ ਆ ਵੀ ਸਾਡੀ ਕੁੜੀ ਨੂੰ ਇਹਨੇ ਜ਼ਰੂਰ ਮਾਰ ਕੇ ਖਪਾ ਦਿੱਤਾ ਹੈ ਅਤੇ ਇਸ ਕਰਕੇ ਜਿਹੜੀ ਆ ਬਣਦੀ ਕਾਰਵਾਈ ਵਾਸਤੇ ਪੁਲਿਸ ਨੂੰ ਉਹਨੇ ਅਪਰੋਚ ਕੀਤਾ। ਜਦੋਂ ਪੁਲਿਸ ਨੂੰ ਅਪਰੋਚ ਕੀਤਾ ਤਾਂ ਇਸ ਇਮੀਡੀਏਟਲੀ ਪੁਲਿਸ ਹਰਕਤ ਵਿੱਚ ਆਈ ਹੈ। ਹਰਕਤ ਵਿੱਚ ਆ ਕੇ ਅਤੇ ਮਾਤਾ ਦੇ ਬਿਆਨਾਂ ਦੇ ਉੱਤੇ ਪਰਚਾ ਦਰਜ ਕਰਨ ਤੋਂ ਬਾਅਦ ਅਸੀਂ ਆਪਣੀਆਂ ਟੀਮਾਂ ਜਿਹੜੀਆਂ ਇਮੀਡੀਏਟਲੀ ਰਵਾਨਾ ਕਰ ਦਿੱਤੀਆਂ ਤਾਂ ਕਿ ਦੋਸ਼ੀ ਜਿਹੜਾ ਕਾਨੂੰਨ ਦੀ ਪਕੜ ਤੋਂ ਦੂਰ ਨਾ ਜਾ ਸਕੇ। ਪਰਚਾ ਦਰਜ ਕਰਨ ਤੋਂ ਬਾਅਦ ਪਿੰਡ ਵਾਲਿਆਂ ਨੇ ਬੜੀ ਮਦਦ ਕੀਤੀ ਔਰ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਉਸ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਨ ਤੋਂ ਬਾਅਦ ਨਾਲ ਹੀ ਦੋਸ਼ੀ ਕੋਲੋਂ ਪੂਰੀ ਪੁੱਛਗਿੱਛ ਕੀਤੀ ਗਈ ਹੈ ਕਿ ਦੱਸ ਬਈ ਤੂੰ ਤੇਰੀ ਘਰਵਾਲੀ ਜਿਹੜੀ ਹੈ ਮਨਦੀਪ ਕੌਰ ਕਿੱਥੇ ਹੈ ਅਤੇ ਉਹ ਆਪਣੀ ਪੁੱਛਗਿੱਛ 'ਚ ਮੰਨਿਆ ਕਿ ਮੈਂ ਆਪਣੀ ਘਰਵਾਲੀ ਦੇ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਹੈਗਾ ਔਰ
ਉਹਦੀ ਲਾਸ਼ ਨੂੰ ਮੈਂ ਟਿਕਾਣੇ ਲਗਾਉਣਾ ਸੀਗਾ ਪਰ ਇਹਦੀ ਮਾਂ ਜਿਹੜੀ ਆ ਮੌਕੇ 'ਤੇ ਆ ਗਈ ਅਤੇ ਮੈਂ ਡਰ ਕੇ ਉੱਥੋਂ ਖਿਸਕ ਗਿਆ। ਉਸ ਤੋਂ ਬਾਅਦ ਦੋਸ਼ੀ ਨੂੰ ਲਿਆ ਕੇ ਨਾਲ ਲੈ ਕੇ ਆਏ ਹਾਂ, ਡਿਊਟੀ ਮੈਜਿਸਟ੍ਰੇਟ ਨੂੰ ਨਾਲ ਲਗਵਾਇਆ ਹੈ ਔਰ ਦੋਸ਼ੀ ਦੀ ਨਿਸ਼ਾਨਦੇਹੀ ਦੇ ਉੱਤੇ ਲੜਕੀ ਦੀ ਜਿਹੜੀ ਲਾਸ਼ ਹੈ ਉਹਦੇ ਘਰੋਂ ਜਿਹੜੀ ਇੱਕ ਰੂੜੀ ਦੇ ਥੱਲੇ ਦਬਾਈ ਹੋਈ ਸੀ ਉੱਥੋਂ ਬਰਾਮਦ ਜਿਹੜੀ ਆ ਕਰ ਲਈ ਗਈ ਹੈ। ਮਾਮਲੇ ਇਹਦੇ ਵਿੱਚ ਜੀ 302 ਅਤੇ 201 ਦਾ ਆਪਣਾ ਪਰਚਾ ਜਿਹੜਾ ਦਰਜ ਕੀਤਾ ਜਾਏ। ਸਰ ਕੀ ਇਹਦੇ ਵਿੱਚ ਕਾਰਨ ਸਾਹਮਣੇ ਆਇਆ ਵੀ ਮਤਲਬ ਮੁੱਢਲੀ ਤਫਤੀਸ਼ ਵੀ ਕੀ ਕਾਰਨ ਰਿਹਾ? ਇਹਦੇ ਵਿੱਚ ਜੋ ਹੁਣ ਤੱਕ ਤਫਤੀਸ਼ ਹੈਗੀ ਆ, ਦੇਖੋ ਉਹਦੇ ਜਿਹੜਾ ਅਸਲੀ ਜਿਹੜਾ ਟਾਈਮ ਹੈ ਉਹ ਪੋਸਟਮਾਰਟਮ ਦੀ ਰਿਪੋਰਟ ਤੋਂ ਹੀ ਸਾਨੂੰ ਜ਼ਾਹਿਰ ਹੋਏਗਾ ਔਰ ਕਿਸ ਤਰੀਕੇ ਨਾਲ ਉਹਨੇ ਉਹਨੂੰ ਮਾਰਿਆ, ਇਹ ਵੀ ਜਿਹੜਾ ਅਸਲੀ ਚੀਜ਼ ਹੈ ਉਹ ਪੋਸਟਮਾਰਟਮ ਦੀ ਰਿਪੋਰਟ ਦੇ ਨਾਲ ਹੀ ਸਾਹਮਣੇ ਆਏਗੀ ਔਰ ਹਜੇ ਤੱਕ ਦੀ ਜਿਹੜੀ ਤਫਤੀਸ਼ ਆ ਉਹਦੇ ਵਿੱਚ ਇੰਨੀ ਗੱਲ ਸਪਸ਼ਟ ਹੈ ਵੀ ਇਹਨਾਂ ਦਾ ਘਰੇਲੂ ਰੰਜਿਸ਼, ਘਰੇਲੂ ਝਗੜਾ ਹੀ ਇਸ ਦੀ ਜਿਹੜੀ ਹੈ ਵਜ੍ਹਾ ਹੈਗੀ। ਨਹੀਂ ਉਹ ਅਜੇ ਫਾਈਂਡ ਆਊਟ ਕਰਨਾ ਬਾਕੀ ਹੈ ਜੀ, ਇਹਦਾ ਕੋਈ ਪਿਛਲਾ ਕ੍ਰਿਮੀਨਲ ਬੈਕਗ੍ਰਾਊਂਡ ਹੈਗਾ ਹੀ ਹੈ ਕਿ ਨਹੀਂ, ਉਹ ਅਸੀਂ ਫਾਈਂਡ ਆਊਟ ਕਰਨਾ। ਕੁਝ ਲੋਕਾਂ ਦਾ ਗੁਪਚੁੱਪ ਤਰੀਕੇ ਨਾਲ ਇਹ ਵੀ ਕਹਿਣਾ ਹੈ ਕਿ ਮਨਦੀਪ ਕੌਰ ਕੈਪਟਨ ਦੀਆਂ ਬੱਚੀਆਂ ਨੂੰ ਚੰਗਾ ਨਹੀਂ ਸੀ ਸਮਝਦੀ ਅਤੇ ਮਾਰਕੁੱਟ ਕਰਦੀ ਸੀ, ਜਿਸ ਕਰਕੇ ਕੈਪਟਨ ਮਨਦੀਪ ਤੋਂ ਦੁਖੀ ਸੀ ਅਤੇ ਅਕਸਰ ਦੋਵਾਂ 'ਚ ਲੜਾਈ ਝਗੜਾ ਹੁੰਦਾ ਰਹਿੰਦਾ ਸੀ। ਖੈਰ ਝਗੜੇ ਦੀ ਅਸਲ ਵਜ੍ਹਾ ਅਜੇ ਤੱਕ ਸਾਹਮਣੇ ਨਹੀਂ ਆ ਪਾਈ। ਇਸ ਮਾਮਲੇ 'ਚ ਪੁਲਿਸ ਨੇ ਦੋਸ਼ੀ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਰਿਮਾਂਡ 'ਤੇ ਲਿਆ ਹੋਇਆ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ।